बलवंत मुल्तानी केस दे विच एक्स डी जी पी सैणी नू 11 बजे अज 30 सितंबर नू मटौर थाने विच जांच लई पुछगिछ लई सद्या गया सी, पर उन्हां वल्लों कुछ उन्हां दे वकील वल्लों कोई मैसेजेस वगैरह भेजे गए ने। सोढ़ी साहब साढ़े नाल ने, सीनियर जर्नलिस्ट ने, सोढ़ी साहब दस्सियो माड़ा जिहा वी की होया अज, घटनाक्रम की है? कल जिवें पहला जिहड़ा हैगा मुल्तानी केस दे विच सैणी नू सद्या गया हैगा, अज तीजा नोटिस सी जिहड़ा कल इन्हां नू दित्ता गया। अज 11 बजे दा टाइम सी मटौर थाने दा, सारा ट्राई सिटी दा मीडिया इत्थे खड़ा है, पर अजे तक सैणी नहीं आया है, सैणी की वेट हो रही है। पर सवेरे ये भी मैसेज जिहड़ा हैगा कन्वे किया गया सीगा ईमेल ते पुलिस नू भी उह जिहड़ा हैगा बीमार ने, उन्हां दे पट्ट दे विच दर्द है, तो इस करके शायद वो ना आण। पर एक सो कॉल्ड उन्होंने जिहड़ा हैगा वकील वल्लों जिहड़ा हैगा मैसेज कन्वे होया सीगा, मोहाली जिहड़ी पुलिस है वह इस नू मन्नण नू तैयार नहीं है कि वो जिहड़ा हैगा भी इन्हां दे वकील वल्लों इन्हां ईमेल ते मैसेज भेजा गया। सारा मीडिया हुण तुसीं देख सकते हो मोटावर थाने दे बाहर जिहड़ा हैगा, असीं इत्थे सारे खड़े हैं, अजे तक सैणी नहीं आया, सिट दे मैंबर जिहड़े हैगे है वो आ चुके ने एक एक करके, ते हुण उहदी वेट हो रही है। नहीं, इहदे वास्ते की जिहड़ा इह वी पता लग्गा वी कल जदों इन्हां ने कोई रिफ्यूज़ कीता, कोई पता नहीं लग्गा, ही वॉज़ नॉट अवेलेबल, ਤੇ ਕੀ ਇਹਨਾਂ ਦੇ ਘਰ ਦੇ ਬਾਹਰ ਕੋਈ ਨੋਟਿਸ ਚਿਪਕਾ ਕੇ ਵੀ ਆਏ ਸੀ ਐਸਆਈਟੀ ਵਾਲੇ? ਕੱਲ ਜਦੋਂ ਉਹਨੂੰ ਨੋਟਿਸ ਜਿਹੜਾ ਹੈਗਾ ਜਾਰੀ ਕੀਤਾ ਗਿਆ, ਉਹਨੂੰ ਜਿਹੜਾ ਹੈਗਾ ਸਬਮਿਟ ਕਰਾਉਣ ਗਏ ਸੀਗੇ ਪੁਲਿਸ ਵਾਲੇ, ਪਰ ਉੱਥੇ ਉਹ ਘਰ ਨਹੀਂ ਮਿਲਿਆ। ਪਰ ਪਤਾ ਲੱਗਿਆ ਹੈਗਾ ਵੀ ਫਿਰ ਜਦੋਂ ਘਰ ਨਹੀਂ ਮਿਲਿਆ ਸੈਣੀ ਤਾਂ ਉਸਦੇ ਜਿਹੜਾ ਹੈਗਾ ਘਰ ਦੇ ਬਾਹਰ ਜਿਹੜਾ ਹੈਗਾ ਉਹ ਚਿਪਕਾ ਕੇ ਆਏ ਨੇ। ਪਿਛਲੀ ਪੁੱਛਗਿੱਛ ਦੇ ਦੌਰਾਨ ਜਿਹੜੀ ਹੋਈ ਆ 28 ਤਰੀਕ ਨੂੰ, ਉਹਦੇ ਵਿੱਚ ਸ਼ਾਇਦ ਇਹ ਵੀ ਗੱਲ ਕੋਈ ਸੂਤਰਾਂ ਰਾਹੀਂ ਸਾਹਮਣੇ ਆਈ ਹੈ ਕਿ ਸੈਣੀ ਨੇ ਆਪਣਾ ਫੋਨ ਨੰਬਰ ਵੀ ਨਹੀਂ ਲਿਖਾਇਆ, ਤੇ ਇਹਦੇ ਬਾਰੇ ਕੀ ਇਹ ਕੀ ਹੈ? ਇਹ ਜਿਹੜਾ ਹੈਗਾ ਐਸਆਈਟੀ ਟੀਮ ਜਿਹੜੇ ਹੈਗੇ ਆ, ਜਿਹੜਾ ਸਰਕਾਰੀ ਵਕੀਲ ਆ, ਉਹ ਇਹ ਗੱਲ ਨੂੰ ਜਿਹੜਾ ਹੈਗਾ ਮੰਨ ਰਹੇ ਨੇ, ਦੱਸ ਵੀ ਰਹੇ ਨੇ ਉਹ ਜਬੀਦਵਾਨ ਦੇ ਵਿੱਚ ਵੀ ਸੈਣੀ ਨੂੰ ਆਪਣਾ ਨੰਬਰ ਹੀ ਯਾਦ ਨਹੀਂ ਹੈ। ਇਹ ਪੋਸੀਬਲ ਨਹੀਂ ਹੈ ਵੈਸੇ ਵੀ ਕਿਸੇ ਬੰਦੇ ਨੂੰ ਆਪਣਾ ਨੰਬਰ ਨਾ ਯਾਦ ਹੋਵੇ, ਉਹਨੂੰ ਆਪਣੇ ਭਰਾ ਦਾ ਨੰਬਰ ਤਾਂ ਯਾਦ ਹੈ ਦਿਨੇਸ਼ ਸੈਣੀ ਕਰਕੇ, ਉਹਨਾਂ ਨੇ ਕੁਝ ਲਿਖਿਆ ਹੈ, ਪਰ ਉਹਨੂੰ ਆਪਣਾ ਨੰਬਰ ਯਾਦ ਨਹੀਂ ਹੈ, ਜਾਂ ਇਹ ਕਹਿ ਲਈਏ ਕਿ ਉਹ ਆਪਣਾ ਨੰਬਰ ਕਿਸੇ ਨੂੰ ਦੇਣਾ ਨਹੀਂ ਚਾਹੁੰਦਾ। ਨਹੀਂ, ਕੀ ਲੱਗਦਾ ਤੁਹਾਨੂੰ ਹੁਣ ਫਿਰ ਸੈਣੀ ਇੱਥੇ ਪੇਸ਼ ਅੱਜ ਜਾਂਚ ਲਈ? ਦੇਖੋ ਜੀ, ਸਾਰੇ ਜਿਹੜਾ ਹੈਗਾ ਟ੍ਰਾਈ ਸਿਟੀ ਦਾ ਮੀਡੀਆ ਇੱਥੇ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਸਾਰਾ ਇੱਥੇ ਖੜਾ ਸਵੇਰ ਤੋਂ 10 ਵਜੇ ਤੋਂ, ਉਹ ਹੁਣ ਆਉਂਦੇ ਨੇ ਨਹੀਂ ਆਉਂਦੇ ਨੇ ਉਹ ਤਾਂ ਹੁਣ ਉਹੀ ਜਾਣਦਾ, ਪਰ ਅਸੀਂ ਵੇਟ ਕਰ ਰਹੇ ਹਾਂ ਅਸੀਂ ਉਹਦੀ ਆਉਣ। ਅਤੇ ਸੋਢੀ ਸਾਹਿਬ ਸੀ ਜੀ, ਦੇਖੋ ਮਟੌਰ ਥਾਣੇ ਦੇ ਬਾਹਰ ਸਾਰਾ ਮੀਡੀਆ ਖੜਾ ਹੈ, ਟ੍ਰਾਈ ਸਿਟੀ ਦਾ ਇਕੱਠਾ ਹੋਇਆ ਹੋਇਆ, ਸੈਣੀ ਵੱਲੋਂ, ਸੈਣੀ ਦੇ ਵਕੀਲ ਵੱਲੋਂ ਅੱਜ ਸਵੇਰੇ 8:30 ਵਜੇ ਇੱਕ ਮੈਸੇਜ ਭੇਜਿਆ ਗਿਆ ਰਮਨਪ੍ਰੀਤ ਸੰਧੂ, ਜਿਹਦੇ ਬਾਰੇ ਐਸਆਈਟੀ ਕਹਿੰਦੀ ਹੈ ਕਿ ਸੋ ਕਾਲਡ ਹੈ, ਕੌਂਸਲ ਹੈ ਕੋਈ ਉਹਨੇ ਭੇਜਿਆ। ਐਸਆਈਟੀ ਇਹ ਵੀ, ਐਸਆਈਟੀ ਦੇ ਸੂਤਰ ਜਿਹੜੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਸੈਣੀ ਦੇ ਵੱਲੋਂ ਜਿਹੜਾ ਮਤਲਬ ਇਹ ਕਿਹਾ ਜਾ ਰਿਹਾ ਕਿ ਜਦੋਂ ਉਹ ਚਾਹੇਗਾ ਉਦੋਂ ਉਹ ਪੇਸ਼ ਹੋਏਗਾ, ਅਤੇ ਇਹ ਹੁਣੇ ਵੀ ਐਸਆਈਟੀ ਦੀ ਟੀਮ ਇੱਥੇ ਪਹੁੰਚ ਚੁੱਕੀ ਹੈ ਜਾਂਚ ਵਿੱਚ ਸ਼ਾਮਿਲ ਕਰਾਉਣ ਵਾਸਤੇ ਸੈਣੀ ਨੂੰ ਦੁਬਾਰਾ, ਪਰ ਸੈਣੀ ਦਾ ਹਾਲੇ ਕੋਈ ਅਤਾ ਪਤਾ ਨਹੀਂ ਹੈ।